ਨਮਸਕਾਰ ਖਬਰਾਂ ਦੇ ਇਸ ਬੁਲੇਟਿਨ ਚ ਤੁਹਾਡਾ ਸਵਾਗਤ ਹੈ ਮੈਂ ਹਮਪ੍ਰਿੰਦਰ ਕੌਰ ਪਹਿਲਾ ਪੇਚ ਨੀ ਚੁੰਡੀਆਂ ਖਬਰਾਂ। ਨੇਤਾਜੀ ਸੁਭਾਚੰਦਰ ਬੋਸ ਦੀ ਜਨਮ ਦਿਨ ਨੂੰ ਪ੍ਰਾਕਰਮ ਦਿਵਸ ਵਜੋਂ ਮਨਾਇਆ ਜਾ ਰਿਹਾ ਹੈ। ਰਾਸ਼ਟਰਪਤੀ, ਉਪ ਰਾਸ਼ਟਰਪਤੀ, ਪ੍ਰਧਾਨ ਮੰਤਰੀ ਸਮੇਤ ਹੋਰਨਾ ਆਗੂ ਅਨੇ ਨੇ ਨੇਤਾਜੀ ਨੂੰ ਸ਼ਰਧਾ ਦੇ ਫੁੱਲ ਪੇਟ ਕੀਤੇ। 125ਵੀਂ ਜਨਮ ਦਿਤੀ ਮੌਕੇ ਕੋਲਕਾਤਾ ਚ ਸਾਲ ਪਰ ਚੱਲਣ ਵਾਲੇ ਸਮਾਗਮਾਂ ਦੀ ਸ਼ੁਰੂਆਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਰਨਗੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਸਾਮ ਦੇ ਸ਼ਿਵ ਸਾਗਰ ਚ ਸੁਬੇ ਦੇ ਬੇਜਮੀਨੇ ਮੂਲ ਨਿਵਾਸੀਆਂ ਨੂੰ ਜ਼ਮੀਨ ਦਾ ਪੱਟਾ ਸੌਪਿਆ। ਕੀ ਅਸੀਂ ਸਾਰੇ ਇੱਕ ਅਜਿਹੀ ਸੰਸਕ੍ਰਿਤੀ ਦੇ ਝੰਡਾ ਬਰਦਾਰ ਹਾਂ ਜਿੱਥੇ ਧਰਤੀ ਸਾਡੇ ਲਈ ਮਾਂ ਦਾ ਰੂਪ ਹੁੰਦੀ ਹੈ? ਭਾਰਤ ਵਿੱਚ 1390592 ਲਾਪਤਰੀਆਂ ਨੂੰ ਕਰੋਨਾ ਟੀਕੇ ਲੱਗ ਚੁੱਕੇ ਨੇ ਪੰਜਾਬ ਵਿੱਚ 21250 ਸਿਹਤ ਕਾਮਿਆਂ ਦਾ ਟੀਕਾਕਰਨ ਮੁਕੰਮਲ ਦੇਸ਼ ਵਿੱਚ ਸਿਹਤ ਯਾਬਹੁਣ ਵਾਲਿਆਂ ਦੀ ਦਰ 7.82 ਫੀਸਦੀ ਹੋਈ ਪੰਜਾਬ ਵਿੱਚ ਕਰੋਨਾ ਐਕਟਿਵ ਮਾਮਲਿਆਂ ਦੀ ਗਿਣਤੀ 2324 ਰਹਿ ਗਈ ਗਣਤੰਤਰ ਦਿਵਸ ਮੌਕੇ ਨਵੀਂ ਦਿੱਲੀ ਚੁੰਨ ਵਾਲੀ ਪ੍ਰੇਡ ਵਿੱਚ ਇਸ ਵਾਰ ਪੰਜਾਬੀ ਚਾਕੀ ਦੇ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਲਾਸਾਨੀ ਸ਼ਹਾਦਤ ਦੀ ਝਲਕ ਦੇਖਣ ਨੂੰ ਮਿਲੇਗੀ। ਹੁਣ ਖਬਰਾਂ ਵਿਸਥਾਰ ਨਾਲ ਰਾਸ਼ਟਰਪਤੀ ਰਾਮਨਾਥ ਕੋਵਿੰਦ ਮੱਲੂ ਨੇਤਾਜੀ ਸੁਭਾਚੰਦਰ ਬੋਸ ਨੂੰ ਅੱਜ ਉਹਨਾਂ ਦੀ ਜਨਮ ਦਿਤੀ ਮੌਕੇ ਸ਼ਰਧਾ ਦੇ ਫੁੱਲ ਪੇਟ ਕੀਤੇ ਗਏ ਆਪਣੇ ਟਵੀਟ ਸੁਨੇਹੇ 'ਚ ਰਾਸ਼ਟਰਪਤੀ ਨੇ ਕਿਹਾ ਕਿ ਨੇਤਾਜੀ ਨੇ ਵੱਡੀ ਗਿਣਤੀ 'ਚ ਆਪਣੇ ਸਮਰਥਕਾਂ 'ਚ ਰਾਸ਼ਟਰਵਾਦੀ ਭਾਵਨਾ ਪੈਦਾ ਕੀਤੀ ਉਹਨਾਂ ਨੇ ਕਿਹਾ ਕਿ ਨੇਤਾਜੀ ਅਜੇ ਸਭ ਤੋਂ ਵੱਧ ਲੋਕਪ੍ਰੀਏ ਆਗੂ ਸਨ ਜਿਨ੍ਹਾਂ ਨੇ ਭਾਰਤ ਦੀ ਆਜ਼ਾਦੀ ਦੇ ਸੰਘਰਸ਼ ਵਿੱਚ ਅਹਿਮ ਯੋਗਦਾਨ ਪਾਇਆ ਸੀ ਉਹਨਾਂ ਨੇ ਕਿਹਾ ਕਿ ਨੇਤਾਜੀ ਦਾ ਦੇਸ਼ ਭਗਤੀ ਅਤੇ ਬਲੀਦਾਨ ਸਾਨੂੰ ਹਮੇਸ਼ਾ ਪ੍ਰੇਰਿਤ ਕਰਦਾ ਰਹੇਗਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਪਾਰਚ ਮਹਾਨ ਆਜ਼ਾਦੀ ਕੁਲਾਟਿਏ ਨੇਤਾ ਜੀ ਸੁਭਾਚੰਦਰ ਬੋਸ ਦੀ ਜੈੰਤੀ ਨੂੰ ਅੱਜ ਪ੍ਰਾਕਰਮ ਦਿਵਸ ਵਜੋਂ ਮਨਾਇਆ ਜਾ ਰਿਹਾ ਹੈ ਪ੍ਰਧਾਨ ਮੰਤਰੀ ਨੇ ਟਵੀਟ ਕੀਤਾ ਕਿ ਦੇਸ਼ ਭਰ ਚ ਇਸ ਮੌਕੇ ਕਈ ਸਮਾਗਮ ਕਰਵਾਏ ਜਾਣਗੇ ਜਿੰਨਾ ਚੋ ਇੱਕ ਵਿਸ਼ੇਸ਼ ਪ੍ਰੋਗਰਾਮ ਗੁਜਰਾਤ ਦੇ ਹਰੀਪੁਰਾਜ ਕਰਵਾਇਆ ਜਾਪੇਗਾ ਉਨ੍ਹਾਂ ਕਿਹਾ ਕਿ ਨੇਤਾ ਜੀ ਨਾਲ ਹਰੀਪੁਰਾ ਦਾ ਵਿਸ਼ੇਸ਼ ਬੰਧ ਰਿਹਾ ਹੈ ਨੇਤਾ ਜੀ ਨੇ 1938 ਦੇ ਇਤਿਹਾਸਕ ਹਰੀਪੁਰਾ ਜਿਲ੍ਹਾ ਦੌਰਾਨ ਕਾਂਗਰਸ ਪਾਰਟੀ ਦੇ ਪ੍ਰਧਾਨ ਦਾ ਅਹੁਦਾ ਸੰਭਾਲਿਆ ਸੀ ਪ੍ਰਧਾਨ ਮੰਤਰੀ ਨੇ ਟਵੀਟ ਚ ਲਿਖਿਆ ਕਿ 23 ਜਨਵਰੀ 2009 ਨੂੰ ਹਰੀ .e ग्राम विश्व ग्राम योजना ਦੀ ਸ਼ੁਰੂਆਤ ਕੀਤੀ ਗਈ ਸੀ ਇਸ ਉਪਰਾਲੇ ਨੇ ਗੁਜਰਾਤ ਵਿੱਚ ਆਈ ਟੀ ਖੇਤਰ ਦੇ ਬੁਨਿਆਦੀ ਢਾਂਚੇ ਵਿੱਚ ਕ੍ਰਾਂਤੀ ਲਿਆ ਦਿੱਤੀ ਸੀ ਅਤੇ ਸੂਬੇ ਦੇ ਦੂਰ ਦਰਾਡੇ ਦੇ ਇਲਾਕਿਆਂ ਵਿੱਚ ਟੈਕਨੋਲੋਜੀ ਦੀ ਮਦਦ ਨਾਲ ਗਰੀਬ ਲੋਕਾਂ ਨੂੰ ਫਾਇਦਾ ਹੋਇਆ ਸੀ ਪ੍ਰਧਾਨ ਮੰਤਰੀ ਨੇ ਆਸ ਪ੍ਰਗਟ ਕੀਤੀ ਹੈ ਕਿ ਨੇਤਾ ਜੀ ਸੁਭਾਚੰਦਰ ਬੋਸ ਦੇ ਵਿਚਾਰ ਅਤੇ ਆਦਰਸ਼ ਲੋਕਾਂ ਨੂੰ ਮਜ਼ਬੂਤ ਆਤਮ ਵਿਸ਼ਵਾਸ ਅਤੇ ਆਤਮ ਨਿਰਪਰਤਾ ਨਾਲ ਭਰਪੂਰ ਭਾਰਤ ਦੇ ਨਿਰਮਾਣ ਦੀ ਦਿਸ਼ਾ 'ਚ ਕੰਮ ਕਰਨ ਲਈ ਪ੍ਰੇਰਿਤ ਕਰਦੇ ਰਹਿਣਗੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਅੱਜ ਪਛਮੀ ਗਲ ਦਾ ਵੀ ਦौरा ਕੀਤਾ ਜਾਵੇਗਾ ਸ਼੍ਰੀ ਮੋਦੀ ਨੇਤਾਜੀ ਸੁਭਾਚੰਦਰ ਬੋਸ ਦੀ 125ਵੀਂ ਜਨਮ ਦਿਤੀ ਮੌਕੇ ਕੋਲਕਾਤਾ ਚ ਪ੍ਰਾਕਰਮ ਦਿਵਸ ਦੇ ਸੰਬੰਧ ਵਿੱਚ ਚਾਲ ਪਰਚਲਣ ਵਾਲੇ ਸਮਾਗਮਾਂ ਦੀ ਸ਼ੁਰੂਆਤ ਕਰਨਗੇ ਕੇਂਦਰ ਸਰਕਾਰ ਨੇ ਨੇਤਾਜੀ ਦੀਆਂ ਨਰਸਵਾਰਥ ਸੇਵਾਵਾਂ ਤੇ ਮਜ਼ਬੂਤ ਰਾਸ਼ਟਰ ਦੇ ਨਿਰਮਾਣ ਦੀ ਭਾਵਨਾ ਦਾ ਸਤਿਕਾਰ ਕਰਦੇ ਹਾਂ 23 ਜਨਵਰੀ ਨੂੰ ਪ੍ਰਾਕਰਮ ਦਿਵਸ ਵਜੋਂ ਮਨਾਉਣ ਦਾ ਐਲਾਨ ਕੀਤਾ ਹੈ ਪ੍ਰਧਾਨ ਮੰਤਰੀ ਕੋਲਕਾਤਾ ਚ ਕੌਮੀ ਲਾਇਬ੍ਰੇਰੀ ਅਤੇ ਵਿਕਟੋਰੀਆ ਮੈਮੋਰੀਅਲ ਵਿੱਚ ਹੋਣ ਵਾਲੇ ਸਮਾਗਮਾਂ ਦੀ ਪ੍ਰਧਾਨਗੀ ਕਰਨਗੇ ਅੱਜ ਬਾਦ ਦੁਪਹਿਰ ਕੋਲਕਾਤਾ ਪੁੱਜਣ ਤੋਂ ਬਾਅਦ ਪ੍ਰਧਾਨ ਮੰਤਰੀ ਕੌਮੀ ਲਾਇਬ੍ਰੇਰੀ ਚ ਕਲਾਕਾਰਾਂ ਲਈ ਬਣਾਈ ਜਾਣ ਵਾਲੀ ਗੈਲਰੀ ਦਾ ਮੌਇਨਾ ਕਰਨਗੇ ਇਸ ਤੋਂ ਬਾਅਦ ਉਹ ਨੇਤਾਜੀ ਤੇ ਹੋਰੇ ਕੁਮਾਂਤਰੀ ਸੈਮੀਨਾਰ ਨੂੰ ਸੰਬੋਧਨ ਕਰਨਗੇ ਇਸ ਵਰਚੁਅਲ ਸੈਮੀਨਾਰ ਵਿੱਚ ਅਮਰੀਕਾ ਜਰਮਨੀ ਮਿਆਮਾ THAILAND ਅਤੇ ਬੰਗਲਾਦੇਸ਼ ਦੇ ਕੁਮਾਂਤਰੀ ਪ੍ਰਸਿੱਧੀ ਪ੍ਰਾਪਤ ਵਿਦਵਾਨਾਂ ਅਤੇ ਖੋਜਕਰਤਾਵਾਂ ਵੱਲੋਂ ਹਿੱਸਾ ਲੈਣ ਦੀ ਸੰਭਾਵਨਾ ਹੈ ਪ੍ਰਧਾਨ ਮੰਤਰੀ ਸ਼ਾਮ ਨੂੰ ਵਿਕਟੋਰੀਆ ਮੈਮੋਰੀਅਲ ਵਿੱਚ ਲਗਾਈ ਜਾ ਰਹੀ ਇੱਕ ਪ੍ਰਦਰਸ਼ਨੀ ਨੂੰ ਵੀ ਦੇਖਣਗੇ ਇਸ ਮੌਕੇ ਤੇ 1926 ਤੋਂ 190 છત્તી ਦੌਰਾਨ ਲਿਖੀਆਂ ਗਈਆਂ નેતાਜੀ ਸੁਭਾਸ਼ ਚંદ્ર બોઝ ਦੀਆਂ ਚਿੱਠੀਆਂ ਵੀ ਜਨਤਕ ਤੌਰ ਤੇ ਨਸ਼ਰ ਕੀਤੀਆਂ ਜਾਣਗੀਆਂ। ਪ੍ਰધાનમંત્રી પ્રોજેક્ટ મેપિંગ શો ਦਾ ਵੀ ਉਦਘਾਟਨ ਕਰਨਗੇ। ਇਸ ਸਮਾਗਮ ਦੌਰਾਨ আজাদ હિન્દ ਫੌਜ ਨਾਲ ਜੁੜੇ ਲੋਕਾਂ ਅਤੇ ਆਜ਼ਾਦੀ ਕੁਲਾਟੀਆਂ ਨੂੰ ਵੀ ਸਨਮਾਨਿਤ ਕੀਤਾ ਜਾਪੇਗਾ। ਉਪराष्ट्रपति ਐਮ வெங்கయ్య 나યડુ, કેન્દ્રીય ગ્રામ ਮੰંત્રી અમિત શાਹ ਅਤੇ ਸੂਚਨਾ ਤੇ ਪ੍ਰસારણ ਮੰંત્રી પ્રકાશ ਜਪੜ ਦੇਕਰ ਨੇ ਵੀ નેતાજી સુਭਾਸ਼ ચંદ્ર બોઝ ਨੂੰ ਉਨ੍ਹਾਂ ਦੀ ਜન્તી ਮੌਕੇ ਸ਼ਰਧਾ ਦੇ ਫੁੱਲ ਪੇਟ ਕੀਤੇ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਅੱਜ ਅਸਮ ਦੇ ਸ਼ਿਵ ਸਾਗਰ ਚਿਕ ਸਮਾਗਮ ਦੌਰਾਨ ਸੂਬੇ ਦੇ ਬੇਜ਼ਮੀਨੇ ਮੂਲ ਨਿਵਾਸੀਆਂ ਨੂੰ ਜ਼ਮੀਨ ਦਾ ਪੱਟਾ ਸੌਂਪਿਆ ਹੈ। ਅਸਮ ਸਰਕਾਰ ਵੱਲੋਂ 1.6 ਹਜ਼ਾਰ ਲੋਕਾਂ ਨੂੰ ਜ਼ਮੀਨ ਦਾ ਪੱਟਾ ਦਿੱਤਾ ਜਾ ਰਿਹਾ ਹੈ। ਪ੍ਰਧਾਨ ਮੰਤਰੀ ਨੇ ਪੱਟਾ ਵੰਡ ਮੁਹਿੰਮ ਦੀ ਸ਼ੁਰੂਆਤ ਕੀਤੀ। ਇਸ ਮੌਕੇ ਬੋਲਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਸੁਪਰਾਲੇ ਨਾਲ ਅਸਮ ਦੇ ਮੂਲ ਨਿਵਾਸੀਆਂ ਦੀ ਇੱਕ ਵੱਡੀ ਚਿੰਤਾ ਦਾ ਨਿਪਟਾਰਾ ਹੋਇਆ ਹੈ। ਉਨ੍ਹਾਂ ਕਿਹਾ ਕਿ ਅਸਮ ਦੇ ਲੋਕਾਂ ਦਾ ਆਸ਼ੀਰਵਾਦ ਅਤੇ ਉਨ੍ਹਾਂ ਵੱਲੋਂ ਦਿਖਾਇਆ ਜਾ ਰਿਹਾ ਆਪਣਾ ਪਨ ਉਨ੍ਹਾਂ ਲਈ ਇੱਕ ਵੱਡੇ ਸੁਭਾਗ ਦਾ ਵਿਸ਼ੇ ਅਸਮ ਦੇ ਲੋਕਾਂ ਦਾ ਪਿਆਰ ਅਤੇ ਆਪਣਾਪਨ ਉਹਨਾਂ ਨੂੰ ਵਾਰ-ਵਾਰ ਅਸਮ ਲੈ ਕੇ ਆਉਂਦਾ ਹੈ ਪ੍ਰਧਾਨ ਮੰਤਰੀ ਨੇ ਆਖਿਆ ਕਿ ਪਿਛਲੇ ਕੁਝ ਸਾਲਾਂ ਦੌਰਾਨ ਉਹਨਾਂ ਅਸਮ ਦੇ ਵੱਖੋ ਵੱਖਰੇ ਹਿੱਸਿਆਂ ਦਾ ਦੌਰਾ ਕੀਤਾ ਇਥੋਂ ਦੇ ਲੋਕਾਂ ਨਾਲ ਗੱਲਬਾਤ ਕੀਤੀ ਅਤੇ ਵਿਕਾਸ ਕਾਰਜਾਂ 'ਚ ਹਿੱਸਾ ਲਿਆ ਪ੍ਰਧਾਨ ਮੰਤਰੀ ਨੇ ਕਿਹਾ ਕਿ ਸ਼ਿਵ ਸਾਗਰ ਨੂੰ ਉਹਨਾਂ ਦੀ ਸਰਕਾਰ ਵੱਲੋਂ ਭਾਰਤ ਦੇ ਪੰਜ ਅਹਿਮ ਪੁਰਾਤਤਵ ਸਥਲਾਂ 'ਚੋਂ ਇੱਕ ਦੇ ਰੂਪ 'ਚ ਚੁਣਿਆ ਗਿਆ ਹੈ ਸਾਗਰ ਕੇ ਇਹੀ ਇਸੀ ਮਹੱਤਵ ਕੋ ਦੇਖਤੇ ਹੋਏ इसे देश की सबसे पांच सबसे आइकॉनिक आर्कियोलॉजिकल साइट्स में शामिल करने के लिए सरकार जरूरी कदम उठा रही है ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਅੱਜ ਦੇਸ਼ ਨੇਤਾ ਜੀ ਸੁਭਾਸ਼ ਚੰਦਰ ਬੋਸ ਦੀ 125ਵੀਂ ਜਨਮ ਦਿਨ ਮਨਾ ਰਿਹਾ ਹੈ। ਰਾਸ਼ਟਰ ਨੇ ਇਸ ਨੂੰ ਪਰਾਕਰਮ ਦੇ ਦਿਹਾੜੇ ਵਜੋਂ ਮਨਾਉਣ ਦਾ ਫੈਸਲਾ ਕੀਤਾ। ਮਾਂ ਪਾਰਟੀ ਦੇ ਸਤਕਾਰ ਅਤੇ ਆਜ਼ਾਦੀ ਲਈ ਨੇਤਾ ਜੀ ਵੱਲੋਂ ਕੀਤੇ ਗਏ ਉਪਰਾਲੇ ਦੇਸ਼ ਨੂੰ ਅੱਜ ਵੀ ਪ੍ਰੇਰਨਾ ਦਿੰਦੇ ਨੇ। ਉਨ੍ਹਾਂ ਕਿਹਾ ਕਿ ਪਰਾਕਰਮ ਦਿਵਸ ਮੌਕੇ ਪੂਰੇ ਦੇਸ਼ ਵਿੱਚ ਕਈ ਪ੍ਰੋਗਰਾਮਾਂ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ। ਇਸ ਲਈ ਇੱਕ ਪਾਸੇ ਅੱਜ ਦਾ ਦਿਹਾੜਾ ਉਮੀਦਾਂ ਦੇ ਪੂਰੇ ਹੋਣ ਦੇ ਨਾਲ-ਨਾਲ ਸਾਨੂੰ ਕੌਮੀ ਸੰਕਲਪਾਂ ਦੀ ਸਿੱਧੀ ਲਈ ਪ੍ਰੇਰਨਾ ਦੇਣ ਦਾ ਵੀ ਮੌਕਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ सारी एक अजी संस्कृति देदार हा जिथे साड़ी जमीन सिर्फ का मिट्टी पत्थर नहीं सगो धरती सा मां का रूप है नेताजी का स्मरण आज भी हमें प्रेरणा देता है आज पराक्रम दिवस पर पूरे देश में अनेक कार्यक्रम भी शुरू हो रहे हैं इसलिए एक तरह से आज का दिन उम्मीदों के पूरा होने के साथ ही हमारे राष्ट्रीय संकल्पों की सिद्धि के लिए प्रेरणा लेने का भी अवसर है इस तो पहले सूबे के मुख्यमंत्री सरबानंद सोनोवाल ने प्रधानमंत्री नरेंद्र मोदी वालों असमत उत्तर पूर्व के विकास लिये जा रहे उपरालिया का भी जिक्र किया ਦਸੰਯੋਗੇ ਕੀ ਇਸਮ ਸਰਕਾਰ ਹਾਲੀਜੀ 1 ਲੱਖ ਤੋਂ ਵੱਧ ਲੋਕਾਂ ਨੂੰ ਪਹਿਲਾਂ ਹੀ ਜ਼ਮੀਨ ਦਾ ਪਟਾ ਦੇ ਚੁਕੀ ਹੈ ਭਾਰਤ ਚਸਵਰੀ ਸਤ ਵਜੇ ਤੱਕ 1390592 ਲਾਪਤਰੀਆਂ ਨੂੰ ਕਰੋਨਾ ਦੇ ਟੀਕੇ ਲਗਾਏ ਜਾ ਚੁੱਕੇ ਨੇ ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲਾ ਅਨੁਸਾਰ ਕੋਵਿਡ ਟੀਕਾ ਕਰਨ ਦੇ ਸ਼ੁਰੂਆਤੀ 7 ਦਿਨਾਂ ਦੌਰਾਨ 1390000 ਤੋਂ ਵੱਧ ਸੇਤ ਕਾਮਿਆਂ ਦਾ ਟੀਕਾਕਰਨ ਕੀਤਾ ਜਾ ਚੁੱਕਾ ਹੈ 7ਵੇਂ ਦਿਨ 347058 ਲਾਪਤਰੀਆਂ ਨੂੰ ਟੀਕੇ ਲਗਾਏ ਗਏ ਪੰਜਾਬ ਚ 7ਵੇਂ ਦਿਨ 8791 ਸੇਤ ਕਾਮਿਆਂ ਨੂੰ ਕਰੋਨਾ ਦੇ ਟੀਕੇ ਲਗਾਏ ਗਏ ਨੇ ਹੁਣ ਤੱਕ ਸੂਬੇ ਚ 3250 ਪੀਤੀਆਂ ਦਾ ਟੀਕਾਕਰਨ ਹੋ ਚੁੱਕਾ ਹੈ ਦੇਸ਼ ਵਿੱਚ ਕਰੋਨਾ ਤੋਂ ਸਿਹਤ ਬੁਨ ਦੀ ਦਰ ਵਿੱਚ ਲਗਾਤਾਰ ਸੁਧਾਰ ਦਰਜ ਕੀਤਾ ਜਾ ਰਿਹਾ ਤੇ ਇਹ ਦਰ ਵੱਧ ਕੇ 7.82 ਫੀਸਦ ਹੋ ਗਈ ਹੈ। ਬੀਤੇ ਕਈ ਦਿਨਾਂ ਤੋਂ ਸੇਤੀਆ ਬੁਨ ਵਾਲੇ ਮਰੀਜ਼ਾਂ ਦੀ ਗਿਣਤੀ ਐਕਟਿਵ ਮਾਮਲਿਆਂ ਤੋਂ ਵੱਧ ਦਰਜ ਹੋ ਰਹੀ ਹੈ। ਕੁੱਲ ਪੁਸ਼ਟੀਵਲੇ ਮਾਮਲਿਆਂ ਦੇ ਮੁਕਾਬਲੇ ਰਿਕਵਰੀ ਦੇ ਕੇਸਾਂ 'ਚ ਵੱਡਾ ਸੁਧਾਰ ਦੇਖਣ ਨੂੰ ਮਿਲ ਰਿਹਾ ਹੈ। ਦੇਸ਼ 'ਚ ਇਸ ਵੇਲੇ ਐਕਟਿਵ ਮਾਮਲਿਆਂ ਦੀ ਦਰ 1.74 ਫੀਸਦ ਰਹਿ ਗਈ ਹੈ, ਜਦਕਿ ਇਸ ਮਹਾਮਾਰੀ ਨਾਲ ਮਣ ਵਾਲੇ ਦੀ ਦਰ 1.44 ਫੀਸਦ ਰਿਪੋਰਟ ਕੀਤੀ ਗਈ ਹੈ। ਬੀਤੇ 24 ਘੰਟਿਆਂ ਦੌਰਾਨ 152 ਨਵੀਆਂ ਮੌਤਾਂ ਦਰਜ ਯਾਨੀ ਇੱਧਰ ਪੰਜਾਬ 'ਚ ਕਰੋਨਾ ਦੇ ਐਕਟਿਵ ਮਾਮਲਿਆਂ ਦੀ ਗਿਣਤੀ 2324 ਰਹਿ ਗਈ ਹੈ ਮੀਤੇ 24 ਘੰਟਿਆਂ ਦੌਰਾਨ 217 ਬੇਟੀਆਂ ਨੂੰ ਸਹੇਤਜਾਬ ਐਲਾਨਿਆ ਗਿਆ ਹੈ ਇਸ ਮਹਾਮਾਰੀ ਨਾਲ ਅੱਠ ਹੋਰ ਮੌਤਾਂ ਹੋਈਆਂ ਸੂਬੇ 'ਚ ਕਰੋਨਾ ਨਾਲ ਮਣ ਵਾਲਿਆਂ ਦੀ ਕੁੱਲ ਗਿਣਤੀ 5543 ਹੋ ਗਈ ਹੈ ਮੋਹਾਲੀ 'ਚ ਕਰੋਨਾ ਦੇ 770 ਐਕਟਿਵ ਮਾਮਲੇ ਨੇ ਲੁਧਿਆਣਾ 'ਚ 294 ਪਟਿਆਲਾ 'ਚ 233 ਅਤੇ ਜਲੰਧਰ 'ਚ 209 ਕਰੋਨਾ ਮਰੀਜ਼ ਜੇਰੇ ਇਲਾਜ ਨੇ ਕੇਂਦਰ ਸ਼ਾਸਿਤ ਪ੍ਰਦੇਸ਼ ਲੱਦਾਖ ਵਿੱਚ ਕਰੋਨਾ ਦੇ ਮਾਮਲਿਆਂ ਦੀ ਗਿਣਤੀ 8 ਮਹੀਨਿਆਂ ਬਾਅਦ ਜ਼ੀਰੋ ਤੇ ਪਹੁੰਚ ਗਈ ਹੈ ਕੱਲ 403 ਕਰੋਨਾ ਸੈਂਪਲਾਂ ਦੀ ਜਾਂਚ ਕੀਤੀ ਗਈ ਤੇ ਸਾਰਿਆਂ ਦੇ ਨਤੀਜੇ ਨੈਗੇਟਿਵ ਹੀ ਆਏ ਗਣਤੰਤਰ ਦਿਵਸ ਮੌਕੇ ਨਵੀਂ ਦਿੱਲੀ ਚੁੰਮ ਵਾਲੇ ਪ੍ਰੇਡ ਚੇਸ ਪਰ ਪੰਜਾਬ ਦੀ ਚਾਕੀ ਸਦੀਵੀ ਮਾਨਵੀ ਕਦਰਾਂ ਕੀਮਤਾਂ ਧਾਰਮਿਕ ਖੂਨ ਅਤੇ ਧਰਮ ਦੀ ਆਜ਼ਾਦੀ ਨੂੰ ਬਰਕਰਾਰ ਰੱਖਣ ਦੀ ਖਾਤਰ ਆਪਣਾ ਮਹਾਨ ਜੀਵਨ ਕੁਰਬਾਨ ਕਰਨ ਵਾਲੇ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਲਾਸਾਨੀ ਸ਼ਹਾਦਤ ਨੂੰ ਪ੍ਰਦਰਸ਼ਿਤ ਕਰੇਗੀ ਫੁੱਲ ਡਰੈਸ ਰਿਹਸਲ ਤੋਂ ਪਹਿਲਾਂ ਮੀਡੀਆ ਨਾਲ ਜਾਣਕਾਰੀ ਸਾਂਝੀ ਕਰਦਿਆਂ ਪੰਜਾਬ ਸਰਕਾਰ ਦੇ ਬੁਲਾਰੀ ਨੇ ਦੱਸਿਆ ਕਿ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 400ਵੇਂ ਪ੍ਰਕਾਸ਼ ਪੁਰਬ ਨੂੰ ਦਰਸਾਉਂਦੀ ਸਮੁੱਚੀ ਚਾਕੀ ਚਾਰ ਚੁਫੇਰੇ ਰੂਹਾਨੀਅਤ ਦਾ ਪ੍ਰਸਾਰ ਕਰੇਗੀ ਟਰੈਕਟਰ ਦੇ ਅਗਲੇ ਹਿੱਸੇ ਤੇ ਪਾਵਨ ਪਾਲਕੀ ਸੈਬ ਸੁਸ਼ੋਭਿਤ ਹੋਵੇਗੀ ਪਿਛਲੇ ਹਿੱਸੇ ਦੇ ਸ਼ੁਰੂ ਚ ਪ੍ਰਬਾਤਪਰੀ ਦਰਸਾਈ ਜਾਪੇਗੀ ਤੇ ਸੰਗਤ ਕੀਰਤਨ ਕਰਦੀ ਨਜ਼ਰ ਆਪੇਗੀ ਆਖਰੀ ਹਿੱਸੇ ਚ ਗੁਰਦੁਆਰਾ ਸ਼੍ਰੀ ਰਕਾਬਗੰਢ ਸੈਬ ਨੂੰ ਦਰਸਾਇਆ ਗਿਆ ਜੋ ਉਸ ਥਾਂ ਤੇ ਉਸਾਰਿਆ ਗਿਆ ਜਿੱਥੇ ਪਈ ਲੱਖੀ ਸ਼ਾ ਬਨਜਾਰਾ ਜੀ ਅਤੇ ਉਹਨਾਂ ਦੇ ਪੁੱਤਰ ਪਈ ਨਿਗਾਈਆ ਜੀ ਵੱਲੋਂ ਗੁਰੂ ਸਾਹਿਬ ਦੇ ਬਿਨਾਂ ਸੀਸ ਦੇ ਤੜਦਾ ਸੰਸਕਾਰ ਕਰਨ ਲਈ ਆਪਣਾ ਘਰ ਛੱਡ ਦਿੱਤਾ ਗਿਆ ਸੀ ਪੰਜਾਬ ਦੀ ਚਾਕੀ ਨੂੰ ਲਗਾਤਾਰ 5ਵੇਂ ਸਾਲ ਗਣਤੰਤਰ ਦਿਵਸ ਪ੍ਰੇਰਿਤ ਲਈ ਚੁਣਿਆ ਗਿਆ ਸਾਲ 2019 ਚ ਪੰਜਾਬ ਦੀ ਚਾਕੀ ਨੇ ਸ਼ਾਂਤ ਕਰ ਪ੍ਰਾਪਤੀ ਦਰਜ ਕਰਦੇ ਆ ਤੀਜਾ ਸਥਾਨ ਹਾਸਲ ਕੀਤਾ ਸੀ ਤੇ ਇਸ ਦੇ ਨਾਲ ਹੀ ਖਬਰਾਂ ਦਾ ਬਲਟਨ ਖਤਮ ਆਇਆ ਨਮਸਕਾਰ